ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਧਰਮ GDP ਤੇ ਤੁਸੀਂ ਦੇਖ ਰਹੇ ਹੋ ਜੀ ਮੇਰੇ ਨਾਲ ਅੱਜ ਦਾ ਆਪਣਾ ਵਲੌਗ ਤੇ ਅੱਜ ਦੇ ਵਲੌਗ 'ਚ ਤੁਹਾਡਾ ਸਵਾਗਤ ਆ ਅਤੇ ਮੈਂ ਬਿਲਕੁਲ ਠੀਕ ਠਾਕ ਹਾਂ। ਆਈ ਹੋਪ ਕਿ ਤੁਸੀਂ ਵੀ ਬਿਲਕੁਲ ਠੀਕ ਠਾਕ ਹੋਵੋਗੇ ਅਤੇ ਮੇਰਾ ਵਲੌਗ ਦੇਖਣ ਡੇ ਹੋਵੋਗੇ। ਅਤੇ ਅੱਜ ਕੱਲ੍ਹ ਵਲੌਗ ਜਿਹੜੇ ਨੇ ਕਾਫੀ ਜ਼ਿਆਦਾ ਵਧੀਆ ਵਧੀਆ ਆ ਰਹੇ ਨੇ ਆਪਣੇ ਹੋਮ ਵਲੌਗ, ਕਾਫੀ ਕੁਝ ਡਿਫਰੈਂਟ ਆ ਰਿਹਾ ਹੋਮ ਵਲੌਗ ਦੇ ਵਿੱਚ ਵੀ, ਅਤੇ ਮਜ਼ਾ ਆ ਰਿਹਾ ਬੱਚਿਆਂ ਦੇ ਨਾਲ ਖੇਡਣ ਦਾ ਕਾਫੀ ਜ਼ਿਆਦਾ। ਅਤੇ ਕੱਲ੍ਹ 23 ਤਰੀਕ ਨੂੰ ਜਿਹੜਾ ਮੇਰਾ ਇੱਕ ਵਲੌਗ ਰਿਲੀਜ਼ ਹੋਇਆ ਸੀ ਉਹਦੇ 'ਚ ਪ੍ਰੋਬਲਮ ਆ ਗਈ ਸੀ ਕਿ ਆਪਾਂ ਜਿਹੜਾ ਆ 23 ਤਰੀਕ ਨੂੰ ਜਿਹੜਾ ਵਲੌਗ ਪਹਿਲਾਂ ਰਿਲੀਜ਼ ਕੀਤਾ ਸੀ ਚਾਹ ਅਤੇ ਕੱਪ ਵਾਲਾ, ਉਹ 'ਚ ਪ੍ਰੋਬਲਮ ਆ ਗਈ ਕਿ ਪਤਾ ਨਹੀਂ ਕਿੱਥੇ ਜਿੱਥੇ ਅਸੀਂ ਬੱਚਿਆਂ ਨਾਲ ਪਿਆਰ ਕਰਦੇ ਹਾਂ, ਖੇਡਦੇ ਹਾਂ, ਹੱਸਦੇ ਹਾਂ, ਖੇਡਦੇ ਹਾਂ, ਕਿਤੇ ਬੱਚਿਆਂ ਦੇ ਨਾਲ ਪੱਪੀ ਜੱਫੀ ਕਰਦੇ ਹਾਂ ਜਾਂ ਪਿਆਰ ਕਰਦੇ ਹਾਂ ਬੱਚਿਆਂ ਆਪਣਿਆਂ ਨੂੰ, ਉੱਥੇ ਵੀ ਯੂਟਿਊਬ ਗਾਈਡਲਾਈਨ ਦੇ ਕਮਿਊਨਿਟੀ ਗਾਈਡਲਾਈਨ ਦੇ ਤਹਿਤ ਜਿਹੜਾ ਆ ਪੰਗਾ ਖੜਾ ਕਰਕੇ ਅਤੇ ਸਾਡਾ ਵੀਡੀਓ ਰਿਮੂਵ ਕਰ ਦਿੰਦੀ। ਪਹਿਲਾਂ ਵੀ ਇਸ ਤਰ੍ਹਾਂ ਹੋਇਆ ਇੱਕ ਵੀਡੀਓ 'ਤੇ, ਅੱਜ ਫਿਰ ਜਿਹੜਾ 23 ਤਰੀਕ ਦਾ ਵੀਡੀਓ ਸੀ ਉਹਦੇ 'ਤੇ ਵੀ ਇਸ ਤਰ੍ਹਾਂ ਹੋ ਗਿਆ, ਉਹ 23 ਤਰੀਕ ਦਾ ਵੀਡੀਓ ਵੀ ਰਿਮੂਵ ਕਰ ਦਿੱਤਾ ਗਿਆ। ਅਤੇ ਅੱਜ ਤੁਸੀਂ 24 ਤਰੀਕ 'ਤੇ ਜਿਹੜਾ ਵੀਡੀਓ ਵੇਖਣ ਡਿਓ ਮੇਰੇ ਨਾਲ, ਅਤੇ ਮੈਂ ਸੋਚਦਾ ਪਿਆ ਸੀ ਤੁਹਾਨੂੰ ਮੈਂ ਦੱਸ ਹੀ ਦੇਵਾਂ ਕਿ ਵੀਡੀਓ ਡਿਲੀਟ ਹੋ ਜਾਂਦੇ ਨੇ, ਉਸ ਤੋਂ ਬਾਅਦ ਫਿਰ ਮੈਂ ਮੋਟੋ ਵਲੌਗ ਦਾ ਵੀਡੀਓ ਇੱਕ ਸੀ ਉਹ ਰਿਲੀਜ਼ ਕੀਤਾ। ਆਪਣਾ ਮੋਟੋ ਵਲੌਗ ਦਾ ਵੀਡੀਓ ਤੁਸੀਂ 23 ਤਰੀਕ ਨੂੰ ਦੇਖਿਆ ਹੋਵੇਗਾ, ਨਹੀਂ ਦੇਖਿਆ ਤਾਂ ਉੱਪਰ ਆਈ ਬਟਨ 'ਚ ਉਹਦਾ ਲਿੰਕ ਮੈਂ ਦੇ ਦਿੱਤਾ ਆ, ਫਿਰ ਮੋਟੋ ਵਲੌਗ ਦਾ ਮੈਂ ਜਿਹੜਾ ਉਹ ਪਾ ਦਿੱਤਾ ਸੀ। ਅਤੇ ਅੱਗੇ ਅਸੀਂ 500 ਸਬਸਕ੍ਰਾਈਬਰ ਤੋਂ ਵੱਧ ਵੈਸੇ ਵੀ ਜਿਹੜੇ ਮੋਟੋ ਵਲੌਗ ਦੇ ਵੀਡੀਓ ਨੇ ਜਿਹੜੇ ਸ਼ੁਰੂ ਕਰ ਦੇਣੇ ਹੈਗੇ ਆ। ਅਤੇ ਅੱਜ ਜਿਹੜਾ ਆ ਕਾਫੀ ਜ਼ਿਆਦਾ ਜਿਹੜਾ ਬਰਸਾਤੀ ਮੌਸਮ ਆ, ਮੀਂਹ ਪੈ ਰਿਹਾ ਆ, ਬੈਕ ਸਾਈਡ ਜੇਕਰ ਤੁਹਾਨੂੰ ਦਿਖਾਈ ਦਿੰਦਾ ਹੋਵੇਗਾ ਤਾਂ ਤੁਸੀਂ ਦੇਖ ਸਕਦੇ ਹੋ ਮੇਰੇ ਨਾਲ ਕਿ ਮੀਂਹ ਕਾਫੀ ਜ਼ਿਆਦਾ ਜਿਹੜਾ ਪੈ ਰਿਹਾ ਆ ਅਤੇ ਬਰਸਾਤ ਦਾ ਦਿਨ ਆ, ਬਰਸਾਤ ਅੱਜ ਧੀਮੀ ਧੀਮੀ ਕਾਫੀ ਜ਼ਿਆਦਾ ਹੋ ਰਹੀ ਹੈ। ਅਤੇ ਬੈਕ ਸਾਈਡ 'ਤੇ ਤੁਸੀਂ ਦੇਖ ਰਹੇ ਹੋ ਮੇਰੇ ਮੇਨ ਗੇਟ ਵਾਲੀ ਸਾਈਡ ਦੇ ਉੱਤੇ ਕਿੰਨਾ ਜ਼ਿਆਦਾ ਗਿੱਲਾ ਹੋਇਆ ਹੋਇਆ, ਇਹ ਸਾਰੇ ਦਾ ਸਾਰਾ ਬਰਸਾਤ ਦੇ ਕਾਰਨ ਆ। ਅਤੇ ਦੋਸਤੋ ਇੱਧਰ ਆਪਣਾ ਹੈਗਾ ਆ ਜੀ ਗੁੱਗੂ, ਅਤੇ ਗੁੱਗੂ ਆਪਣੇ ਕੋਲ ਆਇਆ ਹੋਇਆ ਆ। ਆਹੋ ਫੋਨ ਆ ਗਿਆ, ਫੋਨ ਕੋਈ ਗੱਲ ਨਹੀਂ, ਆਉਂਦੇ ਫੋਨ ਫੋਨ ਆਪਾਂ ਬਾਅਦ 'ਚ ਸੁਣ ਲੈਂਦੇ ਹਾਂ, ਹੈ ਨਾ। ਅਤੇ ਕਾਫੀ ਵਧੀਆ ਆ ਗੁੱਗੂ, ਦੇਖ ਲਓ ਕਿੰਨੇ ਵਧੀਆ ਤਰੀਕੇ ਦੇ ਨਾਲ ਸਾਡੇ ਕੋਲ ਹੁੰਦਾ। ਅਤੇ ਅੱਜ ਕਲਰ ਵੀ ਕਿੰਨੇ ਕਿੰਨੇ ਵਧੀਆ ਆਉਣ ਡਿਆ ਨਾ, ਕਿਉਂਕਿ ਧੁੱਪ ਵੀ ਨਹੀਂ ਗਈ, ਸ਼ਾਮ ਵੀ ਨਹੀਂ ਗਈ, ਅਤੇ ਵਧੀਆ ਮੌਸਮ ਆ ਜਿਹਦੇ ਕਰਕੇ ਵਧੀਆ ਤਰੀਕੇ ਦੇ ਨਾਲ ਸਾਰਾ ਕੁਝ ਹੋ ਰਿਹਾ। ਅਤੇ ਚਲੋ ਆਪਾਂ ਮਿਲਦੇ ਹਾਂ ਤੁਹਾਨੂੰ ਥੋੜ੍ਹੀ ਦੇਰ ਤੱਕ, ਅਤੇ ਫਿਲਹਾਲ ਕਰ ਲੈਂਦੇ ਹਾਂ ਆਪਾਂ ਨਾਸ਼ਤਾ। ਆਪਾਂ ਆ ਗਏ ਹਾਂ ਜੀ ਆਪਣੀ ਰਸੋਈ ਦੇ ਵਿੱਚ ਅਤੇ ਕਰ ਲੈਂਦੇ ਹਾਂ ਨਾਸ਼ਤਾ। ਅਤੇ ਨਾਸ਼ਤੇ ਦੇ ਵਿੱਚ ਜਿਹੜਾ ਹੈਗਾ ਆ ਆਪਣਾ ਨਾਸ਼ਤਾ ਕਰ ਲੈਂਦੇ ਹਾਂ। ਅਤੇ ਇੱਧਰ ਬਣੇ ਹੋਏ ਆ ਜੀ ਆਪਣੇ ਅੱਜ ਚਣੇ, ਚਣੇ ਬਣੇ ਹੋਏ ਆ ਅਤੇ ਚਣੇ ਪਾ ਲੈਂਦੇ ਹਾਂ ਥੋੜ੍ਹੇ ਜਿਹੇ। ਚਣਿਆਂ ਦੀ ਤਰੀ 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 ਅਤੇ ਹੋ ਗਿਆ ਜੀ ਆਪਣਾ ਨਾਸ਼ਤਾ ਫੁਲਕੇ ਦੇ ਨਾਲ ਚਣਿਆਂ ਦੀ ਸਬਜ਼ੀ। ਅਤੇ ਚੱਲਦੇ ਹਾਂ ਆਪਣੀ ਹੌਟ ਸੀਟ ਦੇ ਉੱਤੇ ਅਤੇ ਖਾ ਲੈਂਦੇ ਹਾਂ, ਨਾਸ਼ਤਾ ਕਰ ਲੈਂਦੇ ਹਾਂ। ਅਤੇ ਦੋਸਤੋ ਨਾਸ਼ਤਾ ਆਪਾਂ ਕਰ ਲਿਆ ਅਤੇ ਚਾਹ ਆਪਣੀ ਆ ਗਈ ਹੈ। ਅਤੇ ਇੱਧਰ ਗੁੱਗੂ ਵੀ ਆ ਗਿਆ, ਗੁੱਗੂ ਨੂੰ ਪਤਾ ਲੱਗ ਗਿਆ ਵੀ ਭਾਪੇ ਨੇ ਚਾਹ ਫੜਦੀ ਅਤੇ ਵਲੌਗ ਬਣ ਲੱਗ ਪਿਆ ਆ। ਅਤੇ ਵਲੌਗ ਆਪਾਂ ਸਟਾਰਟ ਕੀਤਾ ਹੋਇਆ ਆ ਅਤੇ ਚਾਹ ਗਲਾਸ 'ਚ ਪਿੱਛੇ ਜੀ ਸਾਨੂੰ ਦਿਲਪ੍ਰੀਤ ਭਾਈ ਨੇ ਨਾ ਇੱਕ ਕਮੈਂਟ ਕੀਤਾ ਸੀ ਕਿ ਗਲਾਸ 'ਚ ਚਾਹ ਨਾ ਪੀਆ ਕਰੋ। ਅਤੇ ਦਿਲਪ੍ਰੀਤ ਭਾਈ ਗੱਲ ਇਸ ਤਰ੍ਹਾਂ ਵੀ ਗਲਾਸ 'ਚ ਚਾਹ ਦਾ ਜ਼ਿਆਦਾ ਮਜ਼ਾ ਆਉਂਦਾ ਆ, ਬਾਕੀ ਵਲੌਗ ਦਾ ਮਤਲਬ ਨਹੀਂ ਹੁੰਦਾ ਵੀ ਜੋ ਸਾਡਾ ਰੀਅਲ ਲਾਈਫ ਹੈਗੀ ਹੈ, ਲਾਈਫ 'ਚ ਆਪਾਂ ਕਿਵੇਂ ਜੀਂਦੇ ਹਾਂ, ਲਾਈਫ ਸਟਾਈਲ ਕੀ ਹੈਗਾ ਆ। ਇਹ ਵਲੌਗ ਨੇ ਹੋਮ ਵਲੌਗ ਦੇ ਵਿੱਚ ਸਿਰਫ ਲਾਈਫ ਸਟਾਈਲ ਹੁੰਦਾ, ਅਤੇ ਲਾਈਫ ਦੇ ਵਿੱਚ ਆਪਾਂ ਜਿਹੜਾ ਚਾਹ ਵਗੈਰਾ ਜੇ ਗਲਾਸ 'ਚ ਪੀਣਾ ਤਾਂ ਗਲਾਸ 'ਚ ਹੀ ਵਿਖਾਉਣੀ ਹੈ, ਕਿਉਂਕਿ ਕੱਪ 'ਚ ਪੀਣਾ ਤਾਂ ਕੋਈ ਗੱਲ ਨਹੀਂ ਪੀ ਵੀ ਸਕਦੇ ਹਾਂ, ਪਰ ਵੱਡੀ ਗੱਲ ਇਹ ਆ ਕਿ ਕੱਪ ਇੱਕ ਵਿਖਾਵਾ ਹੋ ਜਾਣਾ ਵੀ ਮਤਲਬ ਇੱਕ ਵਧੀਆ ਵਿਖਾਵਾ, ਪਰ ਜੇ ਅਸੀਂ ਰੂਟੀਨ 'ਚ ਗਲਾਸ ਨਾ ਪੀਂਦੇ ਹਾਂ ਅਤੇ ਵਲੌਗ ਵਾਸਤੇ ਕੱਪ ਲੈ ਲਈਏ ਅਤੇ ਉਹ ਕੁਝ ਖਾਸ ਨਹੀਂ, ਕੋਈ ਗੱਲ ਦਾ ਮਜ਼ਾ ਨਹੀਂ ਹੁੰਦਾ। ਅਤੇ ਵਿੱਚ ਗੁੱਗੂ ਰੌਲਾ ਪਾਉਣ ਲੱਗ ਪਿਆ ਜੀ। ਅਤੇ ਕੱਪ 'ਚ ਜਿਹੜੀ ਚਾਹ ਆ ਉਹ ਫਿਰ ਮਜ਼ਾ ਜਿਹਾ ਨਹੀਂ ਆਉਂਦਾ ਵੀ ਵਿਖਾਵਾ ਕਰਨਾ। ਚੱਲ ਪੋਮ ਸੁਣਾ ਫਿਰ। ਬਸ ਅਤੇ ਗੁੱਗੂ ਕਰਦਾ ਪਿਆ ਜੀ ਫਿਰ ਸਤਾਨੀਆਂ, ਅਤੇ ਅਸੀਂ ਚਾਹ ਪੀ ਲੈਂਦੇ ਹਾਂ ਫਿਰ ਮਿਲਦੇ ਹਾਂ। ਅਤੇ ਰਹੀ ਕੱਪ ਦੀ ਅਤੇ ਗਲਾਸ ਦੀ ਕੋਈ ਐਡੀ ਵੱਡੀ ਗੱਲ ਨਹੀਂ, ਕੱਪ 'ਚ ਵੀ ਪੀ ਸਕਦੇ ਹਾਂ, ਪਰ ਜਿਹੜਾ ਗਲਾਸ 'ਚੋਂ ਆਨੰਦ ਵੱਖਰਾ ਜਾਈਏ।
ਤੇ ਜੋ ਨਾਲੇ ਰਿਐਲਿਟੀ ਉਹ ਇਹੀ ਹੈ ਕਿ ਅਸੀਂ ਲਾਈਫ ਸਟਾਈਲ ਜਿਹੜਾ ਆ ਉਹ ਸਾਡਾ ਇਹੀ ਹੈ ਕਿ ਅਸੀਂ ਗਲਾਸਾਂ 'ਚ ਚਾਹ ਪੀਂਦੇ ਹਾਂ ਤਾਂ ਮਜ਼ਾ ਵੀ ਆਉਂਦਾ। ਜੈ ਸੁੱਤਾ ਸੀ ਅਤੇ ਮੇਰੇ ਰੌਲੇ ਦੇ ਨਾਲ ਜੈ ਉੱਠ ਪਿਆ ਆ, ਹੈਲੋ ਅੱਜਦਾ ਪਿਆ ਆ, ਉਹਨੂੰ ਪਤਾ ਲੱਗਾ ਪਾਪਾ ਨੇ ਰੌਲਾ ਪਾ ਤਾ ਵੀਡੀਓ ਬਣਾਉਣ ਲੱਗ ਪਿਆ ਅਤੇ ਜੈ ਉੱਠ ਪਿਆ। ਇੱਧਰ ਸਾਡੀ ਮਾਤਾ ਸ਼੍ਰੀ ਨੇ ਵੀ ਕੱਪ ਫੜਿਆ ਹੋਇਆ ਚਾਹ ਵਾਲਾ, ਕੱਪ ਗਲਾਸ, ਅਤੇ ਇੱਧਰ ਜੈ ਜੈ ਸੁੱਤਾ ਹੋਇਆ ਆ ਅਤੇ ਹੁਣ ਜੈ ਉੱਠ ਗਿਆ ਆ। ਜੈ ਹਾਂ ਸੋਣਾ ਨਹੀਂ ਹੁਣ, ਉੱਠਣਾ ਮੰਮਾ ਕਹਿੰਦੀ ਸੌਂ ਜਾ। ਚਲੋ ਜੈ ਜੈ ਉੱਪਰ ਵੇ, ਜੈ ਹੋ ਗਿਆ ਆ ਜੀ ਪੁੱਠਾ ਢਿੱਡ ਭਰਨੇ, ਹੈਲੋ 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 ਕਿਤੇ ਕੰਡੇ ਦੇ ਵੇਖੋ, ਕੰਡੇ ਦੇ ਉੱਤੇ ਆ ਗਿਆ ਮੈਂ ਕੈਚ ਕੀਤਾ ਸੀ। ਜੈ ਬੜਕਾਈ ਇਹਨੂੰ, ਜੈ ਜੈ ਇੱਧਰ ਆਵੇ, ਓਏ ਓਏ ਚਲੋ ਚਲਾਓ ਹੁਣ ਹੁਣ ਕਾਹਨੂੰ ਚਲੋ 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 ਚੱਲ ਜਾ 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 ਚਲ ਆ ਜਾ ਆ ਜਾ ਜੈ ਆ ਜਾ ਆ ਜਾਓ ਆ ਜਾਓ ਨਹੀਂ ਉਹਨੇ ਆਪੇ ਆ ਜਾਣਾ ਆ ਜਾਣਾ ਆਪੇ ਨਹੀਂ ਪਾੜਦਾ ਆ ਜਾ ਆ ਜਾ ਆ ਜਾ ਆ ਜਾ ਜੈ ਆ ਜਾਓ ਆ ਜਾਓ ਆ ਜਾਓ ਆ ਜਾਓ ਆ ਜਾਓ ਜੈ ਆ ਜਾ ਆ ਜਾਓ ਆ ਜਾਓ ਆ ਜਾਓ ਆ ਜਾਓ ਆਹੋ ਕਾਕਾ ਚਲਾਉਂਦਾ ਨਾ ਆਪੇ, ਓ ਦਾਦੀ ਕੋਲ ਚੱਲ ਗਿਆ ਜੀ